ਪਬਲਿਕ ਨੂੰ ਵੀ ਅਪੀਲ ਹੈ ਕਿ ਲਿਫਾਫੇ, ਠੋਸ ਪਦਾਰਥ, ਇੱਦਾਂ ਦੀਆਂ ਚੀਜ਼ਾਂ ਨਾਲੀਆਂ 'ਚ ਜਾਂ ਖੁੱਲ੍ਹੇਆਮ ਨਾ ਫੈਕਣ। ਜਿਹੜਾ ਪਾਣੀ ਆ ਨਾ, ਪਾਣੀ ਇਹ ਮਗਰਲਾ ਪਾਣੀ ਤਾਂ ਟੁੱਟੂਗਾ ਜਦੋਂ ਇਹ ਪਾਣੀ ਬੰਦ ਹੋਊਗਾ। ਇਹੀ ਨਹੀਂ ਪਾਣੀ ਟੁੱਟਣ ਦੇ ਰਿਹਾ ਮਗਰਲਾ ਪਾਣੀ ਦਾ, ਇਹ ਤਾਂ ਜ਼ਮੀਨ ਦਾ ਨਾਲਾ ਤਾਂ ਉਹਦੇ ਨਾਲ ਆ ਹੀ ਡਿਸਪੋਜ਼ਲ ਦੇ। ਪਹਿਲਾਂ ਆਪਾਂ ਦੇਖਿਆ ਕਿ ਤਾਪਮਾਨ ਦੇ ਕਾਰਨ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਸੀ ਕਿ ਮੀਂਹ ਨਹੀਂ ਪੈ ਰਿਹਾ ਸੀ, ਲੇਕਿਨ ਜਦੋਂ ਬਾਰਿਸ਼ਾਂ ਸ਼ੁਰੂ ਹੋਈਆਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜੋ ਗੰਦਾ ਪਾਣੀ ਹੈ ਵੜਨਾ ਸ਼ੁਰੂ ਹੋਇਆ, ਸੜਕਾਂ ਦੇ ਉੱਪਰ ਪਾਣੀ ਕਾਫੀ ਮਾਤਰਾ ਵਿੱਚ ਖੜਾ ਹੋ ਜਾਂਦਾ ਹੈ। ਅਤੇ ਸਾਡੇ ਨਾਲ ਇੱਥੇ ਅਕਸਰ ਸਾਹਿਬ ਮੌਜੂਦ ਨੇ ਜੋ ਕਿ ਇੱਥੇ ਮੌਕਾ ਦੇਖਣ ਆਏ ਹਨ, ਅਤੇ ਪੂਰੀ ਜੋ ਇਹਨਾਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਕਿ ਇਸ ਸਮੱਸਿਆ ਤੋਂ ਸੰਗਰੂਰ ਸ਼ਹਿਰ ਨੂੰ ਨਜ਼ਾਦ ਦਵਾ ਦਿੱਤੀ ਜਾਵੇ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਨਹਿਰਾਂ ਦਾ ਪਾਣੀ ਹੈ, ਜੋ ਗੰਦੇ ਨਾਲਿਆਂ ਦਾ ਪਾਣੀ ਹੈ, ਉਹ ਵਾਪਸ ਸੀਵਰੇਜ ਬੋਰਡ ਨੂੰ ਆ ਕੇ ਤੰਗ ਪਰੇਸ਼ਾਨ ਕਰ ਰਿਹਾ, ਜਿਸ ਸੰਬੰਧੀ ਇਹਨਾਂ ਨੇ ਈਓ ਦੇ ਨਾਲ ਵੀ ਗੱਲਬਾਤ ਕੀਤੀ ਹੈ। ਐਕਸ਼ਨ ਸਾਹਿਬ ਸਾਡੇ ਨਾਲ ਇੱਥੇ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ। ਪਹਿਲਾਂ ਤੁਸੀਂ ਤਸਵੀਰਾਂ ਦੇਖੋਗੇ ਕਿਸ ਤਰ੍ਹਾਂ ਜੋ ਗੰਦੀਆਂ ਬੋਰੀਆਂ ਲੋਕਾਂ ਵੱਲੋਂ ਸਿੱਟੀਆਂ ਜਾਂਦੀਆਂ ਹਨ, ਜਿਸ ਕਾਰਨ ਇੱਥੇ ਪਾਣੀ ਜਮ੍ਹਾਂ ਹੁੰਦਾ ਹੈ। ਮੁਲਾਜ਼ਮਾਂ ਵੱਲੋਂ ਬੋਰੀਆਂ ਕੱਢੀਆਂ ਜਾ ਰਹੀਆਂ ਹਨ, ਤਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਬੋਰੀਆਂ ਨਾ ਸਿੱਟੀਆਂ ਜਾਣ। ਐਕਸ਼ਨ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਰ, ਕੀ ਕਹਿਣਾ ਚਾਹੋਗੇ ਜੋ ਥੋੜ੍ਹੀ ਜਿਹੀ ਬਾਰਿਸ਼ ਹੋਈ ਅਤੇ ਬਾਰਿਸ਼ ਤੋਂ ਬਾਅਦ ਪੂਰਾ ਸੰਗਰੂਰ ਸ਼ਹਿਰ ਹੈ ਜੋ ਜਲ ਥਲ ਹੋ ਜਾਂਦਾ ਹੈ? ਇਹ ਆਪਾਂ ਜਿਵੇਂ ਕਿ ਦੇਖ ਚੁੱਕੇ ਹਾਂ ਪਹਿਲਾਂ ਕਿ ਨਾਲੇ ਨਾਲੀਆਂ ਕਈ ਵੱਖ ਵੱਖ ਪੁਆਇੰਟਾਂ 'ਤੇ ਜਾ ਕੇ ਸੀਵਰ ਨਾਲ ਮਿਲੀਆਂ ਹੋਈਆਂ, ਜੋ ਕਿ ਇੱਕ ਮੇਨ ਸਮੱਸਿਆ ਬਣਦੀ ਹੈ, ਜਿਸ ਨਾਲ ਅਸੀਂ ਸਫਾਈ ਕਰਨ ਦੇ ਬਾਵਜੂਦ ਵੀ ਉਹੀ ਸਮੱਸਿਆ ਫਿਰ 10-15 ਦਿਨ ਬਾਅਦ ਸਾਹਮਣਾ ਕਰਨਾ ਪੈਂਦਾ। ਇਹਦੇ ਵਾਸਤੇ ਨਗਰ ਕੌਂਸਲ ਵੱਲੋਂ ਵੈਸੇ ਡੀਸਿਲਟਿੰਗ ਦਾ ਕੰਮ ਸੁਨਾਮ ਡਰੇਨ ਦਾ ਸ਼ੁਰੂ ਕੀਤਾ ਹੋਇਆ ਹੈ, ਅਤੇ ਡਰੇਨੇਜ ਮਹਿਕਮੇ ਵੱਲੋਂ ਵੀ ਕੰਮ ਚੱਲ ਰਿਹਾ। ਜੋ ਸੀਵਰੇਜ ਬੋਰਡ ਦਾ ਕੰਮ ਆ, ਸੀਵਰ ਦੀ ਸਫਾਈ ਦਾ ਉਹ ਵੀ ਕੀਤਾ ਜਾ ਰਿਹਾ। ਵੈਸੇ ਅਸੀਂ ਉਮੀਦ ਕਰਦੇ ਹਾਂ ਕਿ ਨਾਲਿਆਂ ਦੇ ਪੁਆਇੰਟ ਬੰਦ ਕਰਨ ਤੋਂ ਬਾਅਦ, ਡੀਸਿਲਟਿੰਗ ਤੋਂ ਬਾਅਦ ਇਸ ਤੋਂ ਕਾਫੀ ਨਿਜਾਤ ਮਿਲੇਗੀ। ਬਾਕੀ ਪਬਲਿਕ ਨੂੰ ਵੀ ਅਪੀਲ ਹੈ ਕਿ ਲਿਫਾਫੇ, ਠੋਸ ਪਦਾਰਥ, ਇੱਦਾਂ ਦੀਆਂ ਚੀਜ਼ਾਂ ਨਾਲੀਆਂ 'ਚ ਜਾਂ ਖੁੱਲ੍ਹੇਆਮ ਨਾ ਫੈਕਣ। ਸਰ, ਕੀ ਲੱਗਦਾ ਗਾ ਕਿ ਪਹਿਲਾਂ ਹੀ ਦੂਜੇ ਪ੍ਰਬੰਧ ਕੀਤੇ ਜਾ ਗਏ ਹੁੰਦੇ ਤਾਂ ਸ਼ਾਇਦ ਇਹ ਸਮੱਸਿਆ ਤੋਂ ਸੰਗਰੂਰ ਸ਼ਹਿਰ ਨੂੰ ਮੁਸ਼ਕਿਲ ਆਉਂਦੀ? ਦੇਖੋ ਜੀ, ਜਿੱਥੋਂ ਤੱਕ ਸੀਵਰੇਜ ਬੋਰਡ ਦੇ ਕੰਮ ਦਾ ਸਵਾਲ ਆ, ਸੀਵਰੇਜ ਬੋਰਡ ਨੇ ਪਹਿਲਾਂ ਹੀ ਇਹਦੀ ਡੀਸਿਲਟਿੰਗ ਸਾਰੀ ਮੇਨ ਲਾਈਨਾਂ ਦੀ ਕਰ ਚੁੱਕੇ ਸੀ ਅਸੀਂ। ਜਿਹੜੀ ਪਹਿਲੀ ਬਾਰਿਸ਼ ਹੋਈ ਆ, ਪਹਿਲੀ ਬਾਰਿਸ਼ ਦੇ ਨਾਲ ਸਾਰਾ ਠੋਸ ਪਦਾਰਥ, ਗਾਰ, ਸਭ ਕੁਝ ਵਾਪਸ ਪਹੁੰਚ ਚੁੱਕਿਆ, ਅਤੇ ਨਾਲਾ ਜੋ ਕਿ ਲਹਿੰਦੇ ਪਾਸੇ ਨੂੰ ਜਾਂਦੇ ਹੋਏ ਡਿਸਚਾਰਜ ਹੋਣਾ ਸੀ, ਬਟ ਉਹ ਵਾਪਸ ਬੈਕ ਫਲੋ ਲੈਂਦਾ ਹੋਇਆ ਸੀਵਰ ਸਿਸਟਮ ਦੇ ਵਿੱਚ ਆ ਰਿਹਾ ਹੈ। ਇਸ ਕਾਰਨ ਨਾਲ ਸਾਨੂੰ ਥੋੜ੍ਹੀ ਜਿਹੀ ਦਿੱਕਤ ਪੇਸ਼ ਆ ਰਹੀ ਆ। ਕੀ ਕਾਰਨ ਹੈ ਸਰ ਜੋ ਪਾਣੀ ਜਾਣ ਦੀ ਬਜਾਏ ਵਾਪਸ ਆ ਰਿਹਾ, ਗਟਰ ਵਿੱਚ ਪਾਣੀ ਵਾਪਸ ਆ ਰਿਹਾ? ਇਹ ਜੀ, ਅੱਗੇ ਕਿਤੇ ਡਰੇਨ ਦੇ ਵਿੱਚ ਕੋਈ ਨਾ ਕੋਈ ਜਾਂ ਤਾਂ ਬੂਟੀ ਦਾ ਕਾਰਨ ਹੋ ਸਕਦਾ ਆ, ਜਾਂ ਮੰਗਵਾਲ ਵਾਲੀ ਇੱਕ ਡਰੇਨ, ਮੰਗਵਾਲ ਵਾਲੀ ਡਰੇਨ ਜਿਹੜੀ ਆਉਂਦੀ ਹੈ ਉਹ ਵੀ ਇੱਕ ਜਗ੍ਹਾ ਆ ਕੇ ਮਿਲਦੀ ਆ ਆਪਣੇ ਸੰਗਰੂਰ ਸ਼ਹਿਰ ਦੀ ਡਰੇਨ ਦੇ ਵਿੱਚ। ਟੀ ਪੁਆਇੰਟ ਬਣਦਾ ਆ ਸੁਨਾਮ ਰੋਡ 'ਤੇ, ਅਤੇ ਉਹ ਇਸ ਪਾਣੀ ਨੂੰ ਵਾਪਸ ਭੇਜ ਰਿਹਾ। ਕੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਸੀਵਰੇਜ ਬੋਰਡ ਵੱਲੋਂ, ਕਿਉਂਕਿ ਬਾਰਿਸ਼ਾਂ ਦਿਨ ਚੱਲ ਰਹੇ ਨੇ, ਬਾਰਿਸ਼ ਆਉਣ ਵਾਲੀ? ਫਿਰ ਦੁਬਾਰਾ ਸੀਵਰੇਜ ਬੋਰਡ ਵੱਲੋਂ ਇੱਕ ਸੁਪਰ ਸਕਸ਼ਨ ਮਸ਼ੀਨ, 2 ਜਟਿੰਗ ਮਸ਼ੀਨਸ ਲਗਾ ਕੇ ਸ਼ਹਿਰ ਦੇ ਇੱਦਾਂ ਦੇ ਪੁਆਇੰਟਾਂ ਦੀ ਸਫਾਈ ਕੀਤੀ ਜਾ ਰਹੀ ਆ। ਕੁਛ ਨਾਲਿਆਂ ਦੇ ਪੁਆਇੰਟ ਬੰਦ ਕੀਤੇ ਜਾ ਰਹੇ ਹਨ, ਅਤੇ ਨਗਰ ਕੌਂਸਲ ਵੱਲੋਂ ਵੀ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ ਕਿ ਇੱਦਾਂ ਦੇ ਪੁਆਇੰਟਾਂ ਪ੍ਰਤੀ ਗਾਰ ਕਢਾ ਕੇ, ਤਾਂ ਜੋ ਕਿ ਅਗਰ ਪਾਣੀ ਸੀਵਰ ਵਿੱਚ ਜਾਵੇ ਵੀ ਤਾਂ ਸਿਰਫ ਪਾਣੀ ਹੀ ਜਾਵੇ। ਪਲਾਸਟਿਕ ਦੀਆਂ ਬੋਰੀਆਂ ਨਿਕਲ ਰਹੀਆਂ ਨੇ ਵੱਡੀਆਂ ਵੱਡੀਆਂ, ਨਾਰੀਅਲ ਨਿਕਲ ਰਹੇ ਨੇ, ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ, ਕਿਉਂਕਿ ਕਿਤੇ ਨਾ ਕਿਤੇ ਇਹ ਦਿੱਕਤਾਂ ਸਾਹਮਣਾ ਤਾਂ ਆਮ ਲੋਕਾਂ ਨੂੰ ਕਰਨਾ ਪੈਂਦਾ? ਬਿਲਕੁਲ ਜੀ, ਦੇਖੋ ਜੀ, ਪਬਲਿਕ ਨੂੰ ਇਹੀ ਅਪੀਲ ਹੈ, ਇਹੀ ਬੇਨਤੀ ਹੈ ਕਿ ਅਸੀਂ ਸਰਕਾਰੀ ਮਹਿਕਮੇ ਪਬਲਿਕ ਦੇ ਟੈਕਸਾਂ ਤੋਂ ਹੀ ਤਨਖਾਹ ਲੈਂਦੇ ਹਾਂ, ਅਤੇ ਇਨਫਰਾਸਟ੍ਰਕਚਰ ਜਿੰਨੀਆਂ ਵੀ ਇੱਕ ਸਿਸਟਮ ਆ, ਸਭ ਪਬਲਿਕ ਦੇ ਪੈਸਿਆਂ 'ਚੋਂ ਹੀ ਸਰਕਾਰ ਲਗਾਉਂਦੀ ਆ। ਅਪੀਲ ਇਹੀ ਆ ਕਿ ਵੀ ਲਿਫਾਫੇ,
ਠੋਸ ਪਦਾਰਥ ਇੱਦਾਂ ਦੀਆਂ ਚੀਜ਼ਾਂ ਖੁੱਲ੍ਹੇਆਮ ਨਾ ਸੁੱਟਣ, ਜਿਸ ਕਾਰਨ ਨਹੀਂ ਤਾਂ ਖੁੱਲ੍ਹੇ ਨਾਲੇ ਨਾਲੀਆਂ 'ਚ ਪੈ ਕੇ ਫਰਦਰ ਸੀਵਰੇਜ ਵਿੱਚ ਪੈਂਦਾ ਹੈ। ਗਲੀਆਂ ਨਾਲੀਆਂ ਦਾ ਵੀ ਕਾਫੀ ਬੁਰਾ ਹਾਲ ਹੈ, ਉੱਥੇ ਵੀ ਸੀਵਰੇਜ ਬਲੋਕਿੰਗ ਹੁੰਦੀ ਹੈ ਜੋ ਲਗਾਤਾਰ ਬਣੀ ਰਹਿੰਦੀ ਹੈ। ਰਾਮ ਬਸਤੀ, ਕਲੀਫਾ ਬਾਗ, ਮੁਬਾਰਕ ਮਹਿਲ, ਇਹਨਾਂ ਮੁਹੱਲਿਆਂ ਵੱਲੋਂ ਵੀ ਲਗਾਤਾਰ ਕੰਪਲੇਂਟਾਂ ਕੀਤੀਆਂ ਜਾਂਦੀਆਂ ਨੇ ਕਿ ਪਾਣੀ ਖੜ੍ਹ ਜਾਂਦਾ ਹੈ, ਗਾਦ ਵਿੱਚੋਂ ਨਿਕਲਦੀ ਹੈ। ਇਸ ਸੰਬੰਧੀ ਮਾਣਯੋਗ ਡੀਸੀ ਸਾਹਿਬ, ADC ਸਾਹਿਬ ਨੇ, EO ਸਾਹਿਬ ਉਹਨਾਂ ਨੂੰ ਪਹਿਲਾਂ ਹੀ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਕਿ ਇੱਥੇ ਜਾਲੀਆਂ ਲਗਾਈਆਂ ਜਾਣ ਤਾਂ ਜੋ ਕਿ ਛਣ ਕੇ ਪਾਣੀ ਸੀਵਰ ਸਿਸਟਮ ਦੇ ਵਿੱਚ ਆਵੇ। ਸਰ, ਅੱਧਾ ਕੰਮ ਸੀਵਰੇਜ ਬੋਰਡ ਕੋਲ ਹੈ, ਅੱਧਾ ਕੰਮ ਨਗਰ ਕੌਂਸਲ ਕੋਲ ਹੈ, ਕਿਤੇ ਨਾ ਕਿਤੇ ਆਪਸ ਨਹੀਂ ਉਲਝਾ ਤਾਂ ਨਹੀਂ ਹੋਈ ਵੀ ਇਹ ਕੰਮ ਕਿਹਨੇ ਕਰਨਾ ਸੀਗਾ? ਦੇਖੋ ਜੀ, ਇਹ ਜਿਹੜਾ ਡਰੇਨ ਵਾਲਾ ਸਿਸਟਮ ਆ, ਡਰੇਨੇਜ ਅਤੇ ਸਟੋਰਮ ਸਿਸਟਮ, ਇਹ ਹਰ ਜਗ੍ਹਾ ਨਗਰ ਕੌਂਸਲ ਕੋਲ ਹੀ ਹੁੰਦਾ ਆ। ਜਿਹੜਾ ਸੀਵਰੇਜ ਦਾ ਸਿਸਟਮ ਆ ਉਹ ਸੀਵਰੇਜ ਬੋਰਡ ਕੋਲ ਆ। ਡਰੇਨਾਂ ਦੇ ਵਿੱਚ ਜਿਹੜੀ ਜੜੀ ਬੂਟੀ ਉੱਗੀ ਹੁੰਦੀ ਹੈ, ਕਿਤੇ ਨਾ ਕਿਤੇ ਉਹ ਵੀ ਰੁਕਾਵਟ ਬਣਦੀ ਹੈ ਪਾਣੀ ਨੂੰ ਰੋਕਣ ਦਾ? ਹਾਂਜੀ, ਕੁਛ ਹੱਦ ਤੱਕ ਬਣਦੀ ਹੈ ਜੀ। ਹਾਂਜੀ ਸਰ ਜੀ, ਇਹ ਕਿਹੜਾ ਪਾਣੀ ਆ ਨਾ, ਪਾਣੀ ਇਹ ਮਗਰਲਾ ਪਾਣੀ ਤਾਂ ਟੁੱਟੂਗਾ ਕਿ ਇਹ ਪਾਣੀ ਬੰਦ ਹੋਊਗਾ, ਇਹੀ ਨਹੀਂ ਪਾਣੀ ਟੁੱਟਣ ਦੇ ਰਿਹਾ ਮਗਰਲਾ ਪਾਣੀ ਦਾ, ਇਹ ਤਾਂ ਜ਼ਮੀਨ ਦਾ ਨਾਲਾ ਦਾ ਉਹਦੇ ਨਾਲ ਆ ਜੀ, ਡਿਸਪੋਜ਼ਲ ਦੇ ਨਾਲ, ਕਾਰਨ ਇਹੀ ਪਾਣੀ ਗਿਰੀ ਜਾਂਦਾ, ਉਹ ਮਗਰਲਾ ਪਾਣੀ ਤਾਂ ਉੱਤਰਨ 'ਚ ਨਹੀਂ ਜਾਂਦਾ, ਜਦੋਂ ਇਹ ਪਾਣੀ ਉਤਰੂਗਾ ਤਾਂ ਮਗਰਲਾ ਪਾਣੀ ਉਤਰੂਗਾ, ਤਾਂ ਨਹੀਂ ਉੱਧਰਲਾ ਹੱਲ ਨਹੀਂ ਹੁੰਦਾ ਹੈਗਾ ਜੀ। ਕਿਤੇ ਨਾ ਕਿਤੇ ਜਿਹੜਾ ਸ਼ਹਿਰ ਵਿੱਚ ਪਾਣੀ ਜਮ੍ਹਾਂ ਹੋ ਰਿਹਾ ਉਹਦਾ ਕਾਰਨ ਇਹੀ ਹੈ ਕਿ ਪਾਣੀ ਵਾਪਸ ਆਈ ਜਾ ਰਿਹਾ ਅਤੇ ਉਹ ਵਾਲਾ ਪਾਣੀ ਕਿਸੇ ਨਿਕਲ ਰਿਹਾ। ਬਿਲਕੁਲ ਜੀ, ਇਸ ਸੰਬੰਧੀ ਮੈਨੂੰ ਆਪਣੇ SDO ਸਾਹਿਬ ਨੇ ਪੂਰਾ ਡਰੇਨ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਵੀ ਜਾਣੂ ਕਰਾਇਆ। ਸ਼੍ਰੀ ਲਲਿਤ ਕੁਮਾਰ ਜੀ ਸਾਡੇ SDO ਸਾਹਿਬ ਨੇ, ਉਹ ਇਸ ਵਕਤ ਨਾਲ ਹੀ ਹਾਜ਼ਰ ਨੇ, ਅਤੇ ਇਹ ਵੀ ਤੁਹਾਨੂੰ ਉਸ ਡਿਸਪੋਜ਼ਲ ਸਿਸਟਮ, ਮੰਗਵਾਲ ਤੋਂ ਆਉਣ ਵਾਲੀ ਡਰੇਨ ਅਤੇ ਇਸ ਸੰਬੰਧੀ ਹੋਰ ਵੀ ਡਿਟੇਲ 'ਚ ਦੱਸ ਸਕਦੇ ਨੇ। ਕੀ ਕਹਿਣਾ ਚਾਹੋਗੇ ਸਰ? ਇਹਦੀ ਇਹ ਹੈ ਵੀ ਅਸੀਂ ਜਦੋਂ ਸਾਰੇ ਸ਼ਹਿਰ ਦਾ ਦੌਰਾ ਕੀਤਾ ਮੀਹਾਂ ਵੇਲੇ, ਤਾਂ ਜਿਹੜੀ ਡਰੇਨ ਹੈ ਆਪਣੀ, ਉਹ ਡਰੇਨ ਬਿਲਕੁਲ ਪਾਣੀ ਨਾਲ ਭਰੀ ਹੋਈ ਆ ਉੱਪਰ ਤੱਕ, ਉਹ ਪਾਣੀ ਦੀ ਡਿਸਪੋਜ਼ਲ ਸਹੀ ਨਹੀਂ ਹੈਗੀ, ਉਹਦੇ ਕਰਕੇ ਆਪਣੀ ਉਰੇ ਡਾਫ ਲੱਗੀ, ਡਾਫ ਲੱਗਣ ਕਰਕੇ ਸ਼ਹਿਰ ਦੇ ਵਿੱਚ ਆਪਣੇ ਪ੍ਰੋਬਲਮ ਆ ਰਹੀ ਹੈ। ਆਹੀ ਕਾਰਨ ਅਲੱਗ ਅਲੱਗ ਜਗ੍ਹਾ ਤੋਂ ਸੀਵਰ ਨਾਲ ਜੁੜੀ ਹੋਈ ਆ, ਉਹੀ ਪਾਣੀ ਸੀਵਰ ਦੇ ਵਿੱਚ ਘੁੰਮ ਕੇ ਵਾਪਸ ਆ ਰਿਹਾ ਆਪਣਾ। ਇਹ ਸਨ ਸਾਡੇ ਨਾਲ ਐਕਸਨ ਸਾਹਿਬ ਅਤੇ SDO ਸਾਹਿਬ, ਜਿਨ੍ਹਾਂ ਨੇ ਦੱਸਿਆ ਹੈ ਕਿ ਜੋ ਲੋਕ ਹਨ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਹਨ, ਕਿਉਂਕਿ ਗੰਦੇ ਨਾਲੇ ਹਨ ਜੋ ਨਿਕਾਸੀ ਵਾਸਤੇ ਬਣੇ ਹੁੰਦੇ ਹਨ, ਉਹਨਾਂ ਦੇ ਵਿੱਚ ਕੂੜਾ ਕਰਕਟ ਸੁੱਟ ਦਿੰਦੇ ਨੇ, ਪਲਾਸਟਿਕ ਦੀਆਂ 2-2 ਫੁੱਟ ਦੀਆਂ ਬੋਰੀਆਂ ਨਿਕਲੀਆਂ ਹਨ, ਨਾਰੀਅਲ ਨਿਕਲੇ ਹਨ, ਇਸੇ ਤਰ੍ਹਾਂ ਹੀ ਪਾਣੀ ਜੋ ਹੈ ਵਾਪਸ ਆ ਰਿਹਾ ਹੈ। ਵਾਪਸੀ ਦੇ ਕਾਰਨ ਸੀਵਰੇਜ ਬੋਰਡ ਦਾ ਜੋ ਪਾਣੀ ਨਿਕਲਣ ਦੀ ਬਜਾਏ ਪਾਣੀ ਵਾਪਸ ਆ ਰਿਹਾ ਸ਼ਹਿਰ ਦੇ ਵਿੱਚ, ਤਾਂ ਹੀ ਪਾਣੀ ਜਮ੍ਹਾਂ ਹੋ ਰਿਹਾ ਕਿਉਂਕਿ ਪਾਣੀ ਨਿਕਲ ਨਹੀਂ ਰਿਹਾ, ਪਿਛਲਾ ਪਾਣੀ ਹੈ ਜੋ ਡਰੇਨ ਦਾ ਉਹ ਵਾਪਸ ਆ ਰਿਹਾ। ਅਤੇ ਨਗਰ ਕੌਂਸਲ ਦੇ EO ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਅਤੇ DC ਸਾਹਿਬ ਵੀ ਇਹਨਾਂ ਨੇ, ਐਕਸ਼ਨ ਸਾਹਿਬ ਅੱਜ ਮੌਕੇ 'ਤੇ ਆਏ ਹਨ ਅਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਵਾਸੀ ਹਨ ਜੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀਆਂ ਆਦਤਾਂ ਸੁਧਾਰਨੀਆਂ ਪੈਣਗੀਆਂ, ਕਿਉਂਕਿ ਨਗਰ ਕੌਂਸਲ ਹੋ ਗਿਆ ਜਾਂ ਸੀਵਰੇਜ ਬੋਰਡ ਹੋ ਗਿਆ, ਸਾਰਾ ਕੰਮ ਉਹੀ ਨਹੀਂ ਕਰ ਸਕਦੇ, ਕਿਤੇ ਨਾ ਕਿਤੇ ਜਨਤਾ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਸੰਗਰੂਰ ਤੋਂ ਗੁਰਿੰਦਰ ਸਿੰਘ, ਗ੍ਰੇਟ ਪੰਜਾਬ TV।